सत्तवें दिन भी टावर ते डटे रहे बेरोजगार अध्यापक। पटियाला विखे माहौल बनिया तनावपूर्ण, पुलिस ने अध्यापक ते कीता लाठीचार्ज। रोजगार की मांग नू लेके BSNL टावर ते लगातार 7 दिनों तो भुखे प्यासे बेरोजगार ETT टेट पास अध्यापक डटे हुए ने। लगातार भुखे प्यासे बैठन कारण बेरोजगार अध्यापकों विच शरीरक हालत विगड़न लग गई है। पंजाब सरकार अते प्रशासन बेरोजगार अध्यापकों दीआं मंगां मनन लई कोई भी हल नहीं कर रहा। जी हाँ, रोजगार की मांग नू लेके संघर्ष कर रहे बेरोजगार ETT टेट पास एक पासे जिथे लगातार 7 दिनों तो बगैर कुछ खाए पीए दो अध्यापक टावर उपर डटे हुए ने। बेरोजगार ETT टेट पास अध्यापक यूनियन पंजाब वालों अज रोजगार संबंधी मंगा नू लेके मुख्यमंत्री निवास का घिराव किया गया, जिथे रस्ते विच जांदे उन्हां नू पुलिस वालों बैरीकेडिंग करके रोकया गया ते उत्थे लाठीचार्ज भी वेखण नू मिलिया। पर फिर भी ये अध्यापक कैप्टन अमरिंदर सिंह दे निवास स्थान मोती महल पहुंची जांदे ने। इस मौके हरजीत मानसा और सुरिंदरपाल गुरदासपुर ने कहा कि पंजाब का मुख्यमंत्री कैप्टन अमरिंदर सिंह सत्ता के नशे विच इन्ना हंकारी हो चुका है कि उसने अपने शाही शहर पटियाले टावर से बैठे बेरोजगार अध्यापक भी नहीं दिखते। ਉਹ ਪੰਜਾਬ ਦੇ ਬੇਰੋਜ਼ਗਾਰ ਦੀ ਗੱਲ ਨਹੀਂ ਸੁਣ ਰਿਹਾ। ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਬੇਰੋਜ਼ਗਾਰ ਦੀਆਂ ਮੰਗਾਂ ਜਲਦ ਹੀ ਹੱਲ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਵੀ ਨੁਕਸਾਨ ਹੋਵੇਗਾ ਤਾਂ ਉਸਦੀ ਜ਼ਿੰਮੇਵਾਰੀ ਸਿਰਫ ਪੰਜਾਬ ਸਰਕਾਰ ਦੀ ਹੋਵੇਗੀ। ਦੱਸਣਯੋਗ ਹੈ ਕਿ ਮੋਤੀ ਮਹਿਲ ਦੇ ਮੁੱਖ ਗੇਟ ਦੇ ਬਾਹਰ ਇਹਨਾਂ ਅਧਿਆਪਕਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਅਤੇ ਕੈਪਟਨ ਸਰਕਾਰ ਦੇ ਖਿਲਾਫ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਗਈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਅਸੀਂ ਵੀ ਰੋਜ਼ਗਾਰ ਲੈਣ ਦੇ ਲਈ ਇੱਥੇ ਬੈਠੇ ਹਾਂ, ਪਰ ਸਾਨੂੰ ਲਾਠੀਆਂ ਦੇ ਨਾਲ ਪੁਲਿਸ ਵੱਲੋਂ ਨਿਵਾਜਿਆ ਜਾਂਦਾ ਹੈ, ਲੇਕਿਨ ਸਾਡੇ ਹੌਸਲੇ ਘਟਣਗੇ ਨਹੀਂ, ਅਸੀਂ ਇਸੇ ਤਰ੍ਹਾਂ ਆਪਣਾ ਹੱਕ ਲੈ ਕੇ ਰਹਾਂਗੇ। ਉਹਨਾਂ ਨੇ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ। ਅਸੀਂ ਬੈਰੀਗੇਟ ਜਦੋਂ ਬੈਰੀਗੇਟ ਦੇ ਕੋਲ ਪਹੁੰਚੇ ਤਾਂ ਸਾਨੂੰ ਜਿਹੜਾ ਲਾਠੀਆਂ ਦੇ ਨਾਲ ਨਿਵਾਜਿਆ ਗਿਆ, ਔਰ ਕੁਝ ਪੁਲਿਸ ਅਧਿਕਾਰੀ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਦੇ ਨਾ ਤਾਂ ਫੀਤੀਆਂ ਲੱਗੀਆਂ ਹੋਈਆਂ ਸੀ ਔਰ ਨਾ ਹੀ ਨੇਮ ਪਲੇਟਾਂ ਲੱਗੀਆਂ ਹੋਈਆਂ ਸੀ। ਜਿਵੇਂ ਉਹ ਲਾਠੀਚਾਰਜ ਉਹਨਾਂ ਨੇ ਕੀਤੀ ਵਿੱਚ ਸਾਡੇ ਸਾਥੀਆਂ ਦੇ ਸੱਟ ਵੀ ਲੱਗੀ, ਉਹ ਵੀ ਤੁਹਾਨੂੰ ਦਿਖਾਉਣੇ ਆ। ਔਰ ਜਿਹੜਾ ਲਾਠੀਚਾਰਜ ਕਰਕੇ ਉਹ ਜਿਹੜਾ ਤਿੱਤਰ ਬਿੱਤਰ ਹੋ ਗਏ ਔਰ ਬੈਂਕਰ ਤਰੀਕੇ ਦੇ ਨਾਲ ਸਾਡੇ 'ਤੇ ਲਾਠੀਚਾਰਜ ਕੀਤਾ ਗਿਆ। ਔਰ ਮੰਗ ਸਾਡੀ ਸਿਰਫ ਇਹੀ ਹੈ ਕਿ ਸਾਡਾ ਜਿਹੜਾ ਰੁਜ਼ਗਾਰ ਹੈ ਸਾਨੂੰ ਦਿੱਤਾ ਜਾਵੇ। ਅਸੀਂ ਕੁਛ ਹੋਰ ਤਾਂ ਇਹਨਾਂ ਤੋਂ ਮਹਿਲ ਤਾਂ ਮੰਗ ਨਹੀਂ ਰਹੇ, ਮੋਤੀ ਮਹਿਲ ਦੇ ਬਾਹਰ ਆਏ ਹਾਂ, ਇਹਨਾਂ ਤੋਂ ਮਹਿਲ ਤਾਂ ਮੰਗ ਨਹੀਂ ਰਹੇ। ਦੂਸਰਾ, ਇਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਉਹ ਨੌਕਰੀ ਦਾ ਵਾਅਦਾ ਹੀ ਤਾਂ ਮੰਗ ਰਹੇ ਹਾਂ, ਹੋਰ ਕੁਛ ਅਸੀਂ ਇਹਨਾਂ ਤੋਂ ਸੱਤਾ ਨਹੀਂ ਮੰਗ ਰਹੇ, ਕੁਰਸੀ ਨਹੀਂ ਮੰਗ ਰਹੇ, ਰੁਜ਼ਗਾਰ ਹੀ ਤਾਂ ਮੰਗ ਰਹੇ ਹਾਂ। ਔਰ ਲਗਾਤਾਰ ਸਾਨੂੰ ਲਾਠੀਆਂ ਦੇ ਨਾਲ ਸਾਨੂੰ ਨਿਵਾਜਿਆ ਜਾਂਦਾ ਹੈ, ਸਾਨੂੰ ਚੁੱਕ ਕੇ ਜਿਹੜਾ ਤਿੱਤਰ ਬਿੱਤਰ ਕਰ ਦਿੱਤਾ ਜਾਂਦਾ, ਕਿਸੇ ਨੂੰ ਕਿਹੜੇ ਥਾਣੇ ਪਹੁੰਚਾ ਦਿੱਤਾ ਜਾਂਦਾ, ਕਿਸੇ ਨੂੰ ਕਿਸੇ ਥਾਣੇ ਪਹੁੰਚਾ ਦਿੱਤਾ ਜਾਂਦਾ, ਰਾਤ ਨੂੰ 1-2 ਵਜੇ ਛੱਡ ਦਿੱਤਾ ਜਾਂਦਾ। ਅਸੀਂ ਇਹਨਾਂ ਨੂੰ ਇਹੀ ਕਹਿੰਦੇ ਹਾਂ, ਜਾਂ ਤਾਂ ਸਾਨੂੰ ਗੋਲੀ ਮਾਰ ਦਿਓ, ਸਾਰਾ ਕੰਮ ਹੀ ਖਤਮ ਹੋਵੇ, ਅਤੇ ਜਾਂ ਸਾਨੂੰ ਰੁਜ਼ਗਾਰ ਦੇ ਦਿਓ। ਅਗਰ ਸਾਡੇ ਸਾਥੀ ਇੱਥੇ ਬੈਠੇ ਆ, ਇਹਨਾਂ ਦੇ ਉੱਪਰ ਕੋਈ ਵੀ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡਾ ਬੀ ਪਲਾਨ ਤਿਆਰ ਹੈ, ਸਾਡੇ ਸਾਥੀ ਤਿਆਰ ਹੈ, ਕਿਸੇ ਵੀ ਹੱਦ ਤੱਕ ਜਾਵਾਂਗੇ, ਅੱਗੇ ਵਧਣਾ ਪਿਆ ਅੱਗੇ ਵੀ ਵਧਾਂਗੇ। ਅਸੀਂ ਇਹੀ ਚਾਹੁੰਦੇ ਹਾਂ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ, ਸਾਡੇ ਨਾਲ ਜਿਹੜੀ ਉਹ ਮੀਟਿੰਗ ਕਰਨ, ਅਤੇ ਸਾਡਾ ਜਿਹੜਾ ਨਿਸ਼ਕਰਸ਼ ਹੈ, ਸਿੱਟ ਹੈ, ਉਹ ਕੱਢਣ, ਸਾਡਾ ਜਿਹੜਾ ਹੱਕ ਬਣਦਾ ਹੈ ਉਹ ਸਾਨੂੰ ਦੇ। ਉੱਥੇ ਹੀ ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਮੋਤੀ ਮਹਿਲ ਦੇ ਬਾਹਰੋਂ ਕਾਫੀ ਮੁਸ਼ਕਲ ਤੋਂ ਬਾਅਦ ਹਟਾਇਆ ਗਿਆ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਤੁਸੀਂ ਵੇਖੋ ਇਹਨਾਂ ਵੀਡੀਓਜ਼ ਨੂੰ। ਚੜ੍ਹਦੀ ਕਲਾ ਟੈਮ ਟੀਵੀ ਲਈ ਪਟਿਆਲਾ ਤੋਂ ਗੁਰਮੁਖ ਸਿੰਘ ਰੁਪਾਣਾ ਅਤੇ ਅਮਰਜੀਤ ਸਿੰਘ ਦੀ ਰਿਪੋਰਟ।